longa! Med ordet longa! Med ordet longa! ਭਾਜੀ ਸ਼ਰੇਆਮ ਧੱਕਾ ਹੋਇਆ, ਪਹਿਲੀ ਗੱਲ ਤਾਂ ਕੋਈ ਵੀ ਪੋਲੀਟੀਕਲ ਮੁੱਦਾ ਨਹੀਂ ਹੈਗਾ, ਸਾਰੇ ਮੇਰੇ ਭਰਾ ਖੜੇ, ਮੇਰੀ ਜਾਨਾਂ ਖੜੀਆਂ। ਮੈਂ ਵੋਟ ਪਾ ਕੇ ਘਰੇ ਗਿਆ, ਪਿੱਛੋਂ ਮੇਰੇ ਬਾਬਾ ਵੋਟ ਪਾ ਕੇ ਘਰੇ ਆ ਰਹੇ ਸੀ, ਤੇ ਜਦੋਂ ਵੋਟ ਪਾ ਕੇ ਘਰੇ ਆ ਰਹੇ ਸੀਗੇ ਤਾਂ ਕੁਝ ਬੰਦਿਆਂ ਨੇ ਉੱਥੇ ਮੋਹਿਤ ਰਾਮਪਾਲ ਨੇ ਤਾਂ ਮਣੀ ਨੇ ਮਣੀ ਰਾਮਪਾਲ ਤੇ ਇੱਕ ਮਣੀ ਕੌਂਸਲਰ, ਇਹ ਦੋਨਾਂ ਨੇ ਮੇਰੇ ਪਾਪਾ ਦੇ ਕੱਪੜੇ ਪਾੜੇ, ਨਾਲ ਪੋਪਲੀ ਸੀ ਇੱਕ ਹੋਰ। ਇਲੈਕਸ਼ਨਾਂ ਵਾਲੇ ਦਿਨ ਇਹ ਚੀਜ਼ ਤਾਂ ਹੋ ਰਹੀ ਹੈ, ਇਹਨਾਂ ਨੂੰ ਪਤਾ ਲੱਗ ਗਿਆ ਮੈਂ ਵੋਟ ਕਿਹਨੂੰ ਪਾਈ ਆ, ਤਾਂ ਇਹਨਾਂ ਨੂੰ ਡਰ ਪੈ ਗਿਆ ਕਿ ਇਹ ਹਲਾਊਗਾ ਸਾਡੀ ਸਰਕਾਰ, ਨਾ ਇਹਨਾਂ ਨੂੰ ਡਰ ਪੈ ਗਿਆ ਹੁਣ। ਕਾਂਗਰਸ ਦੀ ਗੁੰਡਾਗਰਦੀ ਪੰਜਾਬ ਦੇ ਅੰਦਰ, ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ। ਇੱਕ ਇਨੋਸੈਂਟ ਵਪਾਰੀ ਬੰਦੇ ਨੂੰ, ਜਿਹੜਾ ਬੇਟਾ ਸਮਾਜ ਸੇਵੀ ਹੈ, ਸਾਰਾ ਦਿਨ ਗਰੀਬ ਪੇਸ਼ੈਂਟਾਂ ਦੀ ਆਪਣੇ ਪੱਲਿਓਂ ਪੈਸੇ ਖਰਚ ਕੇ ਮਦਦ ਕਰਦਾ, ਉਹਦਾ ਕੁੱਟ ਕੁੱਟ ਕੇ ਬੁਰਾ ਹਾਲ ਕਰ। ਐਡੀ ਵੱਡੀ ਗੁੰਡਾਗਰਦੀ, ਐਡੀ ਵੱਡੀ ਗੁੰਡਾਗਰਦੀ, ਅਤੇ ਪੁਲਿਸ ਜਿਹੜੀ ਆ ਮੂਕ ਦਰਸ਼ਕ ਬਣੀ ਹੋਈ ਹੈ। ਮੈਂ ਪੁਲਿਸ ਦੇ ਡੀਸੀਪੀ ਸਾਹਿਬ ਨੂੰ ਕਹਿ ਕੇ ਹਟਿਆ ਵੀ ਉਹਨਾਂ ਨੂੰ ਫੜ ਕੇ ਅੰਦਰ ਦੇ ਦਿਓ, ਨੇ ਇਸੇ ਤਰ੍ਹਾਂ ਇਹ ਕਾਫਲਾ ਹਜ਼ਾਰਾਂ 'ਚ ਲੱਖਾਂ 'ਚ ਚੱਲਿਆ ਜਾਣਾ, ਇਸੇ ਤਰੀਕੇ ਕਮਿਸ਼ਨਰ ਦਾ ਦਫ਼ਤਰ ਘੇਰਾਂਗੇ ਜਾ ਕੇ, ਫਿਰਕਰੀ ਤੋਂ ਬਾਅਦ ਤੁਰਨਗੇ, ਤੋਰਨੇ ਆਉਂਦਿਆਂ ਸਾਨੂੰ ਇਹ ਕਿਵੇਂ ਤੁਰੇ ਜਾਂਦੇ ਆ। ਅੱਜ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਖਤਮ ਹੋ ਗਿਆ, ਚਰਮਰਾ ਗਿਆ ਹੈ। ਇੱਕ ਇਨੋਸੈਂਟ ਬੰਦਾ ਜਿਹਦਾ ਕੋਈ ਲੈਣ ਦੇਣ ਨਹੀਂ ਕਿਸੇ ਦੇ ਨਾਲ, ਚੰਗਾ ਅੱਛਾ ਵਪਾਰੀ ਸਮਾਜ ਸੇਵੀ ਪਰਿਵਾਰ, ਉਹ ਸੁਰੱਖਿਅਤ ਨਹੀਂ ਹੈਗਾ, ਆਮ ਲੋਕਾਂ ਦਾ ਕੀ ਹਾਲ ਹੋਊਗਾ। ਸਰ, ਸੋਸ਼ਲ ਵਰਕਰਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਅਟੈਕ ਜਿਹੜੀ ਹੈ ਸਰਕਾਰ ਕਰ ਰਹੀ ਹੈ, ਇਹ ਕਿਵੇਂ ਹੋਵੇਗਾ? ਬਹੁਤ ਵੱਡੀ ਪੱਧਰ ਦੇ ਉੱਤੇ ਕਾਂਗਰਸ ਪਾਰਟੀ ਅਸਲ ਦੇ ਵਿੱਚ ਗੁੰਡਾਗਰਦੀ ਦੀ ਚਰਮ ਸੀਮਾ ਪਾਰ ਕਰ ਚੁੱਕੀ ਹੈ। ਜੋ ਕੰਮ ਦਸਾਂ ਸਾਲਾਂ ਦੇ ਵਿੱਚ ਅਕਾਲੀ ਦਲ ਨੇ ਕੀਤੇ ਆ, ਸੇਮ ਤਰੀਕੇ ਦੇ ਨਾਲ ਅੱਜ ਉਹੀ ਗੁੰਡਾਗਰਦੀ ਕਾਂਗਰਸੀ ਅਤੇ ਪੁਲਿਸ ਜਿਹੜੀ ਆ ਮੁੱਖ ਦਰਸ਼ਕ ਬਣੀ ਹੋਈ ਹੈ। ਸੋ ਅਸੀਂ ਨਿਆਂ ਲਵਾਂਗੇ, ਨਾ ਅਸੀਂ ਕਿਸੇ ਕਾਂਗਰਸੀ ਤੋਂ ਡਰਨ ਵਾਲੇ ਹਾਂ ਅਤੇ ਨਾ ਇਹਨਾਂ ਦੀ ਹੱਥ ਥੋਕਾ ਬਣੀ ਪੁਲਿਸ ਤੋਂ ਬਣ ਡਰਨ ਵਾਲੇ। ਸੋ ਆਹ ਦੇਖ ਰਹੇ ਹਾਂ ਤੁਸੀਂ ਇੱਕ ਵਪਾਰੀ ਦਾ ਹਾਲ ਕੀ ਕੀਤਾ, ਕੁੱਟ ਕੁੱਟ ਕੇ ਬੇਟਾ ਦੇਖ ਲਓ, ਨੀਲਾ ਕੀਤਾ ਪਿਆ ਕੁੱਟ ਕੁੱਟ। ਸਰ ਕੀ ਕਹਾਂ, ਦੱਸੋ ਕੀ ਕਹਾਂ, ਜਦੋਂ ਵੀ ਕੋਈ ਬੰਦਾ ਸੇਵਾ ਲਈ ਉੱਠਦਾ ਤੇ ਉਹਦੀ ਉਹਦੇ ਉੱਤੇ ਇੱਦਾਂ ਹੀ ਕੀਤਾ ਜਾਂਦਾ, ਦੱਸੋ ਕੀ ਕਹਾਂ। ਤੁਹਾਡਾ ਮੀਡੀਆ ਜ਼ਰੂਰ ਚੱਲੇਗਾ, ਪਰ ਮੈਨੂੰ ਪਤਾ ਹੈ ਕਿ ਇਸ ਪੰਜਾਬ ਸਰਕਾਰ ਕੋਲੋਂ ਸਾਨੂੰ ਇਨਸਾਫ ਨਹੀਂ ਮਿਲਣਾ, ਇਹ ਸਾਨੂੰ ਪਤਾ ਕਿ ਪੰਜਾਬ ਸਰਕਾਰ ਸਾਨੂੰ ਇਨਸਾਫ ਨਹੀਂ ਦੇ ਸਕਦੀ। ਪਰ ਅੱਜ ਸਰ ਸਾਰਾ ਮੀਡੀਆ ਤੁਹਾਡੇ ਨਾਲ ਖੜਾ ਹੈ, ਕੀ ਕਹਿਣਾ ਚਾਹੋਗੇ ਸਾਰਾ ਮੀਡੀਆ? ਮੈਂ ਮੀਡੀਆ ਦਾ ਦਿਲੋਂ ਧੰਨਵਾਦ ਕਰਦਾ, ਪਰ ਇਸ ਮੀਡੀਆ ਦੀ ਆਵਾਜ਼ ਵੀ ਨਹੀਂ ਪਹੁੰਚਣੀ ਕਾਂਗਰਸ ਸਰਕਾਰ ਤੱਕ, ਕਿਉਂਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਨੀ। ਸਾਡੇ ਕੋਲ ਰੋਜ਼ ਇੱਦਾਂ ਦੇ ਕਿੱਸੇ ਸੁਣਨ ਨੂੰ ਮਿਲਦੇ ਆ, ਸਾਡੇ ਨਾਲ ਧੱਕਾ ਹੋ ਗਿਆ। ਉਹ ਇਹਨਾਂ ਦਾ ਪਿਆਰ ਹੈ, ਉਹ ਅਨਮੋਲ ਨੇ ਕਮਾਇਆ ਹੋਇਆ ਪਿਆਰ ਹੈ, ਉਹ ਮੇਰਾ ਪਿਆਰ ਨਹੀਂ, ਅਨਮੋਲ ਨਾਲ ਧੱਕਾ ਹੋਇਆ। ਅੱਜ ਲੋਕਾਂ ਨੇ ਪਿਆਰ ਦਿਖਾ ਦਿੱਤਾ ਕਿ ਇਹਨੂੰ ਪਿਆਰ ਕਹਿੰਦੇ ਆ, ਇਹਦੇ ਅੱਗੇ ਸਰਕਾਰਾਂ ਵੀ ਚੁੱਕਣਗੀਆਂ।